ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵਧੀਆ ਫਾਰਮ ਯੂਟਿਊਬ ਚੈਨਲ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰੋ, ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ, ਸ਼ਹਿਰ ਅਜਨਾਲਾ, ਤਹਿਸੀਲ ਵੀ ਅਜਨਾਲਾ ਅਤੇ ਜ਼ਿਲ੍ਹਾ ਅੰਮ੍ਰਿਤਸਰ, ਸੋਨਮ ਵੀਰ ਕੋਲ ਆਪਾਂ ਆਏ ਹਾਂ। ਅਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਚਾਰ ਗਾਵਾਂ ਅਤੇ ਇੱਕ ਝੋਟੀ ਤੁਹਾਨੂੰ ਦਿਖਾਉਣੀ ਆ। ਨੋਰਮਲ ਰੇਟ ਹੀ ਜਿਹੜੇ ਸਾਰੇ ਤੁਹਾਨੂੰ ਦਿਖਾਵਾਂਗੇ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅਤੇ ਨਾਮ ਦੱਸ ਦਿਆ ਕਰੀ ਆਪਣਾ। ਸੋਨਮ ਸ਼ਹਿਰ ਅਜਨਾਲਾ, ਜ਼ਿਲ੍ਹਾ ਅੰਮ੍ਰਿਤਸਰ। ਫੋਨ ਨੰਬਰ ਵੀ ਬੋਲ ਦਿਓ। 6965757 ਭਾਅ ਜੀ। ਚਲੋ ਸ਼ੁਰੂਆਤ ਫਿਰ ਆਪਾਂ ਜਿਹੜੀ ਆ ਪਹਿਲੇ ਨੰਬਰ 'ਤੇ ਝੋਟੀ ਆ ਇਹਦੇ ਤੋਂ ਹੀ ਆਪਾਂ ਕਰਨੀ ਆ। ਬਿਲਕੁਲ ਛੋਟਾ ਸਿੰਗ ਆ, ਸੋਹਣੀ ਝੋਟੀ ਆ ਅਤੇ ਚੰਗੇ ਕੱਦ ਕਾਠਤੀ ਆ। ਦੱਸੀਏ ਵਧੀਆ ਦੇ ਬਾਰੇ ਜੀ। ਸੂਈ ਨੂੰ 20 ਤੋਂ 25 ਦਿਨ ਹੋ ਗਏ ਜੀ, ਆਪਣੇ ਕੋਲ ਬੱਚੇ ਦੀ ਵੀਡੀਓ ਪਈ, ਸਾਰੀ ਪਈ ਆ। ਠੀਕ ਆ। ਇਹ ਬੰਦੇ ਵੀਰ ਨੇ ਨਹੀਂ, ਫੌਜੀ ਨੇ, ਉਹ ਆਪਦੇ ਫੌਜ 'ਚ ਚਲਾ। ਠੀਕ ਆ। ਉਹ ਕੋਈ ਚੋਈ ਚਾਈ ਨਹੀਂ ਜੀ, ਉਹਦੀ ਘਰ ਦੀ ਨਾ ਚੁੰਦੀ ਸੀ, ਮਾੜਾ ਟੀਕਾ ਲਾ ਕੇ ਬੱਚਾ ਮਰ ਜਾਵੇ, ਵਧਾਈ ਢੰਗ ਦੇ ਨਾਲ ਕਰਦਾ ਹੀ ਆ। ਹਾਂਜੀ ਹਾਂਜੀ। ਛੋਟੀ 20 ਆਪਣੇ ਕੋਲ ਬੱਚੇ ਦੀ ਵੀਡੀਓ ਪਈ, ਸਾਰੀ ਪਈ ਆ। ਠੀਕ ਆ। ਵੀਰ ਨੂੰ ਪਾ ਵੀ ਦੇਵਾਂਗੇ। ਠੀਕ ਆ। ਹਾਂ। ਤੇ ਹੁਣ ਦੁੱਧ ਕਿੰਨਾ ਜੇ ਦੇਖੋ? ਹੈਗਾ 11 ਕਿਲੋ। ਹਾਂਜੀ। ਪਰ ਉਹ ਟੀਕਾ ਲਾ ਗਿਆ, ਤੁਹਾਨੂੰ ਪਤਾ ਟੀਚਰ ਹੀ ਮੈਡਮ ਹੀ ਜਿਹਨੂੰ ਲਈ ਆ। ਹਾਂਜੀ। ਆਪਦੇ ਘਰ ਦਾ ਫੌਜੀ ਹੈਗਾ। ਠੀਕ। ਉਹ ਜਿਹੜੇ ਕੋਲ ਭੁਰਖ ਨਹੀਂ ਭਰਦੀ ਸੀ, ਮਾੜਾ ਮਾੜਾ ਕਰਦੀ ਨਾ, ਤੁਹਾਨੂੰ ਪਤਾ। ਤੇ ਹੁਣ ਮਿਲਦੀ ਕਿੱਦਾਂ ਵਿੱਚ? ਮਿਲਦੀ ਇੱਦਾਂ ਥਾਪੀ 'ਚ ਮਿਲਦੀ ਆ। ਅੱਛਾ। ਇੱਦਾਂ ਬਹਿ ਜਾ। ਠੀਕ ਆ। ਇੱਦਾਂ ਹੀ ਆ ਲਓ, ਦਾ ਦੋ ਲਬਤਾ ਬਲਾ ਹੁਣ, ਇੱਦਾਂ ਹੀ। ਠੀਕ ਆ। ਹਾਂ, ਕੋਈ ਲੱਤ ਲੁੱਤ ਨਹੀਂ ਮਾਰਦੀ ਬਾਈ, ਬਾਕੀ ਜਿਹੜੇ ਉੱਪਰੇ ਥਾਂ ਜਾ ਕੇ ਭਾਈ ਟੀਕਾ ਵੀ ਲਾਉਣਾ ਪੈਣਾ, ਇੱਕ ਅੱਧਾ ਦਿਨ ਲਾਉਣਾ ਪੈਣਾ ਜਿਹਨੂੰ ਹੁਣ। ਦੁੱਧ ਕਿੰਨਾ ਪੱਕਾ ਇਹਦੇ? ਦੁੱਧ ਹੋਣਾ 8 ਕਿਲੋ, ਪਰ ਆਪਾਂ 7.5 ਕਿਲੋ ਦੀ ਗਰੰਟੀ ਦੇਵਾਂਗੇ। ਅੱਛਾ। ਜੀਟਲ ਮਾਰ ਕੇ ਤੋਰੋ ਫਿਰ ਇੱਕ ਵਾਰੀ। ਹਾਂ ਦੱਸਾਂ ਕਿ ਉਹ ਝੋਟੀ ਦਾ ਬੱਚਾ ਮਰ ਗਿਆ, ਝੋਟੀ ਤਾਂ ਮੈਂ ਜੀ ਨਹੀਂ ਲਾਉਂਦੀ ਇਹ। ਠੀਕ ਆ। ਸਾਂਭੀ ਬੜੇ ਸ਼ੌਂਕ ਨਾਲ ਉਹਨਾਂ ਨੇ, ਫੌਜੀ ਬੰਦਾ ਸਾਂਭੀ ਬੜੇ ਸ਼ੌਂਕ ਨਾਲ ਨੇ। ਬਾਕੀ ਇਹ ਕਿ ਚੰਗੇ ਕੱਦ ਕਾਟਦੀ ਆ, ਕਾਲੀ ਪੌਜੀ ਝੋਟੀ ਵੇਖ ਰੰਗ ਕਾਲੀ, ਚਿਹਰਾ ਵੀ ਇਹਦਾ ਦੇਖ ਸਕਦੇ, ਬਿਲਕੁਲ ਛੋਟਾ ਸਿੰਘ ਆ, ਸੋਹਣੀ ਝੋਟੀ ਆ ਜਿਹੜੀ। ਹਾਂ ਦੇਖ ਸਕਦੇ। ਕੋਈ ਭਾਜੀ ਫਣ ਘਾੜ ਵਾਲ, ਕੋਈ ਭੂਰ ਛੱਟਾ, ਕੋਈ ਨਹੀਂ ਹੈਗਾ ਮਾਸਾ ਜੀ, ਕੋਈ ਥਾਂ 'ਚ ਘਾੜ ਵਾਲ ਹੋਵੇ, ਕੋਈ ਭੂਰ ਛੱਟਾ ਹੋਵੇ, ਉਹ 5ਵੇਂ ਵਾਲ ਦੇ। ਠੀਕ ਜੀ। ਹਾਂ, ਸੂਈ ਜੀ ਆਪਣੇ ਕੋਲ ਵੀਰ ਵੀਡੀਓ ਕਿਲੋ ਪਾਲੇ। ਠੀਕ ਹੈ। ਬੱਚੇ ਸਮੇਤ ਉਹਨਾਂ ਦਾ ਸੰਗਮ ਪਿਆ ਸੀ, ਸਾਰੀ ਆਪਾਂ ਵੀਡੀਓ ਪਾਵਾਂਗੇ, ਸੰਗਮ ਸੁੰਗਮ ਸਾਰਾ ਥਾਂ ਬਿਲਕੁਲ ਪੂਰੇ ਓਕੇ। ਥਾਂ ਭਾਜੀ ਭੂਰ ਛੱਟਾ, ਥਾਂ ਘਾੜ ਵਾਲ ਹੋਵੇ, ਲੀਟਰਾਂ ਚੋਲੇ। ਠੀਕ ਹੈ। ਆਪਣੀ ਗਰੰਟੀ ਫੁੱਲ। ਠੀਕ ਹੈ। ਹਾਂ, ਕਿਸੇ ਦਾ ਜਾ ਕੇ ਟੀਕਾ ਲਵਾ ਦੀ ਦੇ। 19 ਥੋੜਾ ਜਿਹਾ ਬਾਈ ਲਵਾਉਂਦੀ ਨਾ, ਬੜੀ ਜਗੀ, ਪਰ ਤਾਂ ਡੋਕਾ ਕਿਤੇ ਰਹਿ ਗਿਆ, ਮਾਸਾ ਰੱਖੋ। ਠੀਕ ਹੈ। ਜੇ ਮੋਨਾ ਮਾਲ ਰੱਖੋ, ਫੁੱਲ ਪੱਧਰਾ ਵੱਲੋਂ, ਉਹ ਕਿਤੇ ਡੋਕਾ ਡੋਕਾ ਰਹਿ ਗਿਆ ਮਾੜਾ ਮੋਟਾ। ਅਤੇ ਮੁੱਲ ਇਹਦਾ? ਉਹਦਾ ਭਾਜੀ ਮੁੱਲ ਤਾਂ ਭਾਵੇਂ ਕੰਨ, ਉਹਨਾਂ ਦਾ ਬੜਾ ਮੁੱਲ ਹੋਣ ਕਰਕੇ ਮਹਿੰਗੀ ਲੈਂਦੀ ਹੁਣ। ਹਾਂਜੀ। ਉਹਨਾਂ ਦੀ 85,000 ਦੀ। ਹਾਂਜੀ। ਪਰ ਆਪਾਂ ਚਲੋ ਫਿਰ ਮਿਲਦੀ ਨਹੀਂ ਉਹਨਾਂ, ਕਹੀਂ ਤੋੜ ਤਾੜ ਕੇ ਲਈ ਨਾ ਹੁਣ। ਠੀਕ ਹੈ। ਹੁਣ ਇਹ ਜਿਹੜਾ 60,000 ਦੀ ਝੋਟੀ, 60,000 ਦੀ ਦੇ ਦੋਗੇ? ਹਾਂ। ਹੋਰ ਕਰ ਦੋਗੇ ਮਾਨ? ਹਾਂ ਨਾ ਭਾਜੀ, 56,000 ਦੀ ਝੋਟੀ ਦੇਵਾਂਗੇ। ਠੀਕ ਹੈ ਜੀ। ਇੱਕੋ ਵੱਢ ਕੇ ਦੱਸ ਦੇ, ਪਰ ਝੋਟੀ 56,000 ਦੀ ਤਾਜ਼ੀ ਤਾਜ਼ੀ ਸੂਈ ਆ। ਵੀਡੀਓ ਪਹਿਲਾਂ ਮੇਰੇ ਬੱਚੇ ਦੀ ਸਾਰੀ ਵੀਡੀਓ ਝੋਟੀ ਦਿਵਾਵਾਂਗੇ, ਸੰਗੜੇ ਦੇ ਗੱਟ ਪਿਆਜ ਉਹਨਾਂ ਦੇ ਘਰ ਦਾ। ਠੀਕ ਹੈ। ਅਤੇ ਥਾਣੇ ਦੇ ਤੱਕਰੀ ਲਾਗੇ ਤਾਂ ਦੇਖ ਸਕਦੇ ਜੀ, ਨਾੜਾ ਦੇ ਵੇਖੋ ਚੜੇ ਦੇ। ਅਤੇ ਹੁਣ ਗਾਵਾਂ ਜਿਹੜੀਆਂ ਤੁਹਾਨੂੰ ਦਿਖਾ ਦਈਏ। ਬਾਕੀ ਇਹ ਕਿ ਸੋਹਣੀ ਝੋਟੀ ਆ, ਸਿੰਗਾਂ ਦੀ ਵੀ ਕੱਦ ਕਾਠ ਵੀ ਚੰਗਾ ਵਾ, ਫੱਬਦੀ ਆ ਝੋਟੀ। ਅਤੇ ਆਹ ਵੀ ਜੀ ਹੁਣ ਗਾਂ ਬਾਰੇ ਦੱਸੀਏ। ਦੂਜੇ ਨੰਬਰ ਡੱਬੀ ਗਾਂ ਦੇ ਦੇਖੋ, ਦੁੱਧ 8 ਕਿਲੋ ਹੋਊਗਾ ਜੀ। ਹੈਗਾ ਪੱਕਾ ਦੁੱਧ 8 ਲੀਟਰ ਭਾਜੀ? ਕੰਡੇ ਵਾਲਾ ਦੁੱਧ 8 ਕਿਲੋ, ਚੋ ਕੇ ਖੜੇ ਕੋ ਮੇਰਾ ਵੀਰ ਭਰਾ, ਲਾਮਾ ਦੇ ਆ ਕੇ ਇਹਨੂੰ ਮਾੜਾ ਕੰਮ ਆ ਮੁਰਗੇ। ਤੋਰੋ ਹੁਣ ਦੇਖੋ, ਆਈਆਂ ਕਿਤੇ ਉੱਪਰੇ ਥਾਂ ਵੀ ਜਾ ਕੇ ਪਾ ਤਾਂ ਬਾਅਦ ਫਰਕ ਪੈ ਜਾਂਦਾ। ਹਾਂਜੀ ਹਾਂਜੀ। ਚੋਣ ਗਲਤ ਹੋਵੇ ਇੱਦਾਂ ਮੰਗੀ ਤੋਂ ਬਿਨਾਂ ਮਿਲਦੀ ਜੀ ਵੀ। ਠੀਕ ਆ। ਹਾਂ, ਆਪਣੇ ਕੋਈ ਚਵਾਈ ਕਰਕੇ ਖੜੇ। ਤੇ ਇਹਦਾ ਕੀ ਮੁੱਲ ਰੱਖਣਾ ਜੀ? ਇਹ ਭਾਈ ਦੇ ਦਾਂਗੇ 20,000 ਦੀ ਆਪਾਂ। 20,000 ਦੀ ਛੋੜ ਛਾੜ ਕਰਨੀ ਵਿੱਚੋਂ? ਛੋੜ ਦੇ ਦਾਂਗੇ 19,000 ਦੀ। ਹਾਂ ਨਾ ਜੀ। ਠੀਕ ਆ। ਹਾਂ, ਬਾਕੀ ਚੋਣ ਗਲਤ ਜਵਾਬ ਸਮਾਂ ਹੈ, ਓਕੇ, ਕੋਈ ਵੰਗੇ ਤੋਂ ਬਿਨਾਂ ਹੀ ਮਿਲਦੀ ਜੀ ਪਰ। ਠੀਕ ਆ।
19,000 ਦੀ ਵੀਰ ਜੀ ਹੋਣੀ ਕਹਿੰਦੇ ਕਿ ਜਿਹੜੀ ਇਹ ਦੇ ਦੇਵਾਂਗੇ ਦੁੱਧ, ਕਹਿੰਦੇ ਕਿ 8 ਲੀਟਰ ਜਿਹੜਾ ਪੱਕਾ ਹੈਗਾ ਉਹ ਤੁਸੀਂ ਆਪਣਾ ਆਪ ਚੁਆਈ ਕਰਕੇ ਖੜਨਾ। ਹੁਣ ਇੱਕ ਆ ਜਰਸੀ ਆ, ਜਿਹੜੀ ਸੋਹਣੀ ਜਰਸੀ ਆ, ਕਾਫੀ ਪਿਆਰੀ ਜੀ ਆ, ਥਾਣੇ ਦੇ ਵਿੱਚ ਦੇਖ ਸਕਦੇ ਲਾਗੇ ਤਾਂ, ਅਤੇ ਆਹ ਚਿਹਰਾ ਵੀ ਇਹਦਾ ਦੇਖ ਸਕਦੇ, ਕਾਫੀ ਪਿਆਰਾ ਜਿਹਾ ਚਿਹਰਾ, ਛੋਟੇ ਛੋਟੇ ਕਾਨੇ ਆ। ਇਹਦੇ ਕੋਲ ਕਿੰਨਾ ਦੁੱਧ ਭੇਜ ਦੀ? ਬਾਕੀ ਸੋਹਣੀ ਬੋਦੀ ਵਾਲੀ ਬੈਡ ਆ, ਠੀਕ ਆ। ਕਾਫੀ ਪਿਆਰੀ ਜੀ ਬੈਠ ਆ, ਜਿਹੜੀ ਸੋਹਣੀ ਭਾਜੀ, ਫਿਰ ਦੁੱਧ ਵੀ ਦਾ ਬੜਾ ਸੰਘਣਾ ਜੀ, ਮੱਝਾਂ ਦਾ ਦੁੱਧ ਜਿਹੜਾ ਲੈ ਜਾਓ ਕਰੀ। ਤੇ ਇਹਦਾ ਮੁੱਲ ਕੀ ਰੱਖਣਾ ਫਿਰ ਆਪਾਂ? ਇਹ ਭਾਜੀ ਮੁੱਲ ਜਿਹੜਾ ਕਰਦਾ 26,000। ਹਾਂਜੀ, ਪਰ 24,000 ਦੀ ਵੇਚੀ ਦਵਾਂਗੇ। 24,000 ਚ ਦੇ ਦੋਗੇ? ਹਾਂ, ਪਰ 26,000 ਖੜੂ ਯਾਦ ਹੀ ਕਰੂਗਾ, ਸਾਡੇ ਕੋਲ ਦਿਲ ਨਹੀਂ ਲਾਇਆ। ਪੱਕਾ ਦੁੱਧ ਕਿੰਨਾ ਇਹਦੇ ਕੋਲ? ਪੱਕਾ ਦੁੱਧ ਜਿਹੜਾ 9 ਕਿਲੋ ਲੱਗ ਜਾਗੇ ਲੀਟਰ ਮਾਰ ਕੇ ਜੀ, 8:30 ਪੌਣੇ 9 ਵਜੇ 9 ਕਿਲੋ ਜੀ। ਤੇ ਮਾਨਤਾਨ ਤੇ ਚਲੋ ਵਿੱਚੋਂ ਕਰੋਗੇ ਜੀ? ਮਾਨਤਾਨ ਭਾਜੀ ਜਿਹੜਾ ਚੰਗੀ ਚੀਜ਼ ਦਾ ਅਸੀਂ ਮਾਨਤਾਨ ਕਰਾਂਗੇ, ਪਰ ਚਲੋ ਥੋੜ੍ਹਾ ਬਹੁਤਾ 2-400 ਹੋਣਾ, ਜ਼ਿਆਦਾ ਨਹੀਂ ਹੋਣਾ। ਠੀਕ ਆ, ਹਾਂ ਹਾਂ, ਦੇਖ ਸਕਦੇ ਜੀ ਕਾਫੀ ਪਿਆਰਾ ਜਿਹਾ ਫੇਸ ਆ ਜਿਹੜਾ ਇਹਦਾ। ਬਾਕੀ ਦੁੱਧ ਵੀ ਸੰਘਣਾ ਹੁੰਦਾ ਇਹਨਾਂ ਦਾ। ਮਾਨਤਾਨ ਚੰਗੀ ਲੱਗੀ ਉਹ ਫੋਨ ਕਰੇ, ਕਈ ਬੰਦੇ ਵਿੱਚ ਲੈਣ ਵਾਲੇ ਡੰਗਰ ਲੈਣ ਵਾਲੇ ਹੁੰਦੇ ਆ। ਹਾਂਜੀ, ਕਈ ਵਿੱਚ ਸਵਾਦ ਆ। ਠੀਕ ਆ, ਸਿੱਧੀ ਗੱਲ, ਜਿੰਨੇ ਮੱਛੀ ਜਿਹਨੂੰ ਚੰਗੀ ਲੱਗਦੀ ਉਹਨੂੰ 24,000 ਦੀ ਹਾਂ ਨਾ ਹੋਣੀ ਜੇ, ਜਿਹੜਾ 100-200 ਮਾਨਤਾਨ ਹੋਣਾ। ਕੋਈ ਮੇਰਾ ਵੀਰ ਕਵੇ 22 ਲੈ ਲਾ 21 ਲੈ ਲਾ, ਉਹ ਕੰਮ ਫੋਨ ਹੀ ਨਾ ਲਾਵੇ। ਚਲੋ ਫੋਨ ਤੇ ਲਾਉਣਾ ਹੀ ਆ, ਕੋਈ ਫਾਇਦਾ ਨਹੀਂ, ਕੋਈ ਕੀ ਫਾਇਦਾ, ਕੋਈ ਕੀ ਫਾਇਦਾ ਦੁੱਧ ਮੱਛੀ ਸੰਘਣਾ ਦੁੱਧ ਮੱਛੀ ਕੋ। ਤੇ ਇੱਕ ਆ ਸਾਹੀਵਾਲ ਚ ਆ ਗਈ, ਕਰੋਸ ਆ ਜਿਹੜੀ 5.5 ਕਿਲੋ ਜੀ। ਤੇ ਥਾਣੇ ਤੇ ਦੇਖ ਸਕਦੇ ਨਾ, ਬੜੀ ਵੀ ਮੰਗੀ ਤੋਂ ਬਣਾਈ ਜੀ। ਠੀਕ ਆ, ਤੋਰ ਦਾ ਫਿਰ ਇਹਨਾਂ ਨੇ। ਇਹ ਆ ਗਈ ਜੀ ਤੀਜੇ ਨੰਬਰ ਵਾਲੀ ਗਾਂ, ਗਾਵਾਂ ਚ ਤੀਸਰੇ ਨੰਬਰ ਤੇ ਆ। ਇਹ ਆ ਕਿ ਸਾਂਭੀ ਸੁੰਭੀ ਚੰਗੀ ਆ, ਚੰਗੇ ਕੱਦ ਕਾਠ ਬੇਲਦੀ ਆ। ਲੈ ਜਾਓ ਇੱਕ ਵਾਰੀ ਵੀਰ ਜੀ, ਇਹ ਬੜੀ ਭਾਜੀ ਹੈਗੀ, ਇਹਨੂੰ 1.5-2 ਮਹੀਨੇ ਲੱਗ ਜਾਗੇ ਹੋਏ ਬੜੀ। ਡੇਢ ਦੋ ਮਹੀਨੇ ਜਿਹੜੇ ਕਹਿੰਦੇ ਕਿ ਬਣੀ ਨਵੀਂ ਹੋ ਗਈ, ਠੰਡੀ ਜੇ ਜਿੱਦਾਂ ਮਰਜ਼ੀ ਚੋ ਇਹਨੂੰ। ਠੀਕ ਆ ਜੀ, ਚੰਗੀ ਬੇਲ ਆ। ਤੇ ਇਹਦਾ ਮੁੱਲ ਵੀਰ ਜੀ ਫਿਰ? ਇਹਦਾ ਮੁੱਲ 12,500 ਜੀ। 12,500? ਹਾਂ, 12 ਦੇ ਦਾਂਗੇ। ਅੱਛਾ, 12,500 12,500 ਦੀ ਬਾਈ ਦੇ ਦਾਂਗੇ, ਹਾਂ ਨਹੀਂ ਵੀ। ਠੀਕ ਆ ਜੀ, ਚੋਣ ਗਲਤ ਹੋਵੇ ਸਮਾਂ ਚਵਾ ਇੱਕ ਨੰਬਰ ਦਾ ਲਗਾ। ਤੇ ਦੁੱਧ ਬਿਲਕੁਲ ਮੱਝਾਂ ਵਰਗਾ, 5 ਕਿਲੋ ਦਹੀਂ ਵਰਗਾ ਸੰਘਣਾ ਦੁੱਧ ਕੋਈ। ਠੀਕ ਆ, ਹਾਂ। ਤੇ ਆਹ ਬੱਚੇ ਵਾਲੀ ਜੇ ਵੀ ਜੱਫੀ ਆ ਜਿਹੜੀ, ਤੇ ਆ ਜੇ ਬੱਚਾ ਇਹਦਾ ਕੀ ਜੇ? ਮਗਰ ਬੱਚਾ, ਮਗਰ ਬੱਚਾ ਜੀ। ਤੇ ਆ ਥਣ ਵੀ ਦੇਖ ਸਕਦੇ ਇਹਦੇ ਲਾਗੇ ਤਾਂ। ਇਹਦੇ ਕੋਲ ਕਿੰਨਾ ਦੁੱਧ? ਇਹਕੋ ਦੁੱਧ ਵੀ 9 ਤੋਂ 12 ਹੀ ਹੋਊਗਾ ਜੀ। ਅੱਛਾ, ਹਾਂ, ਪੱਕਾ ਦੁੱਧ ਜਿਹੜਾ ਹੈਗਾ ਮਾਰ ਕੇ ਚੁਈਆਂ ਭਾਜੀ ਇਹ ਆਪਣੇ ਘਰ ਹੋਣੇ ਆਪਾਂ ਚੁਈਆਂ। ਚਲੋ ਫਿਰ ਤੋਰ ਦੋ ਇਹਨਾਂ ਨੂੰ। ਦੰਦੋ ਇਹ ਜਵਾਨ ਨਹੀਂ ਹੋਈ। ਕਿੰਨੇ ਦੰਦ ਜੇ? ਮੂੰਹ ਛਿੱਗੀ ਆ, ਚੌਗੀ ਜੇ, ਚਾਰ ਦੰਦ ਹੀ ਆ ਜੇ ਜਿਹੜੇ ਛਿੱਗੀ ਦੇ ਫੁੱਟੇ ਹੀ ਆ ਇਹਨੇ। ਠੀਕ ਆ ਜੀ, ਠੀਕ ਆ।
ਤੇ ਇਹਦਾ ਮੁੱਲ ਵੀਰ ਜੀ ਫਿਰ ਆਪਣੀ ਸਮਝਣਾ ਆਪਣੀ ਜ਼ਿੰਮੇਵਾਰੀ ਤੇ ਆਪ ਵੇਖ ਚਾਹ ਕੇ ਖੜੇ ਚੰਗੀ ਤਰ੍ਹਾਂ। ਹਾਂਜੀ ਦੋਸਤੋ, ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ।